ਇਸ ਸਮੇਂ ਦੀ ਵੱਡੀ ਖਬਰ ਬਠਿੰਡਾ ਤੋਂ ਆ ਰਹੀ ਹੈ, ਜਿੱਥੇ ਬਠਿੰਡਾ ਪੁਲਿਸ ਵੱਲੋਂ ਇੱਕ ਨਾਮੀ ਗਾਇਕ ਛਿੰਦਾ ਸ਼ੌਂਕੀ ਨੂੰ ਆਪਣੀ ਸਹਿ ਗਾਇਕਾ ਦੀ ਭਤੀਜੀ ਨਾਲ ਜਬਰਜਨਾ ਕਰਨ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਇਹ ਮਾਮਲਾ 2018 ਦਾ ਹੈ, ਪਰ ਉਸ ਤੋਂ ਬਾਅਦ ਛਿੰਦਾ ਸ਼ੌਂਕੀ ਦੀ ਗ੍ਰਿਫਤਾਰੀ ਹਾਲੇ ਨਹੀਂ ਹੋਈ ਸੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਿਸ ਕੁੜੀ ਨਾਲ ਜਬਰ ਜਨਾਹ ਹੋਇਆ ਹੈ ਉਸਦੀ ਉਮਰ ਉਸ ਸਮੇਂ ਮਹਿਜ਼ 16 ਸਾਲ ਦੀ ਸੀ। ਇਸ ਸੰਬੰਧੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਛਿੰਦਾ ਸ਼ੌਂਕੀ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਉੱਥੇ ਲੰਘੀ 7 ਤਰੀਕ ਨੂੰ ਛਿੰਦਾ ਸ਼ੌਂਕੀ ਨੂੰ ਬਠਿੰਡਾ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਕੀ ਹੈ ਪੂਰਾ ਮਾਮਲਾ, ਆਓ ਜਾਣਦੇ ਹਾਂ ਪੁਲਿਸ ਅਧਿਕਾਰੀ ਕੋਲੋਂ। ਮੇਰਾ ਨਾਮ ਐਸ ਆਈ ਕਰਮਜੀਤ ਸਿੰਘ, ਐਡੀਸ਼ਨ SHO ਥਾਣਾ ਸਿਵਲ ਲਾਈਨ ਬਠਿੰਡਾ। ਸਰ ਕੀ ਮਾਮਲਾ ਹੋਇਆ? ਮਾਮਲਾ ਹੈ ਜੀ, ਮਿਤੀ ਨਾ 24/10 ਨੂੰ ਇਹ ਸਾਡੇ ਕੋਲ ਬਿਆਨ ਦਰਜ ਕਰਾਇਆ ਸੀ ਚਰਨਜੀਤ ਕੌਰ ਨੇ, ਵੀ ਆ ਸੁਰਿੰਦਰ ਸਿੰਘ ਛਿੰਦਾ ਸ਼ੌਂਕੀ ਉਹਨੇ ਲੜਕੀ ਉਮਰ 16 ਸਾਲ ਨਾਲ ਕੋਈ ਜ਼ਬਰਦਸਤੀ ਕੀਤੀ, ਜਿਹਦੇ 'ਤੇ ਅਸੀਂ ਮੁਕੱਦਮਾ ਨੰਬਰ 252 ਦਰਜ ਕਰਤਾ ਸੀ ਇਹਦੇ ਖਿਲਾਫ਼। ਅਤੇ ਉਸ ਤੋਂ ਅਗਲੇ ਦਿਨ ਲੜਕੀ ਦਾ ਅਸੀਂ ਮੈਡੀਕਲ ਕਰਾ ਕੇ 164 ਦਾ ਬਿਆਨ ਕਰਾਤਾ ਸੀ, ਪਰੰਤੂ ਛਿੰਦਾ ਸ਼ੌਂਕੀ ਅਜੇ ਤੱਕ ਗ੍ਰਿਫਤਾਰ ਨਹੀਂ ਹੋਇਆ ਸੀ ਇਸ ਮੁਕੱਦਮੇ 'ਚ। ਇਹਨੂੰ ਜਿਹੜਾ 7 ਤਰੀਕ ਨੂੰ ਅਸੀਂ ਅਰੈਸਟ ਕੀਤਾ। ਬਠਿੰਡਾ ਤੋਂ ਵਿਮਲ ਦੀ ਰਿਪੋਰਟ।